ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਪੰਜਾਬ ਇਸਟਰੀ ਨਾਲ ਰਿਲੇਟਡ ਐਮਸੀਕਿਊ ਕਰਵਾਉਂਗਾ ਜੋ ਤੁਹਾਡੇ ਪੇਪਰ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਸੋ ਵੀਡੀਓ ਨੂੰ ਧਿਆਨ ਨਾਲ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਔਨ ਕਰ ਲਓ ਤਾਂ ਜੋ ਤੁਹਾਨੂੰ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਟੈਲੀਗ੍ਰਾਮ ਸਾਰੇ ਜਣੇ ਜ਼ਰੂਰ ਜੁਆਇਨ ਕਰ ਲਿਓ ਸਰਚ ਕਰ ਲਿਓ ਟੈਲੀਗ੍ਰਾਮ ਦੇ ਉੱਤੇ ਜਾ ਕੇ ਜੀਕੇ ਫੈਕਟਸ ਜਾਂ ਫਿਰ ਲਿੰਕ ਡਿਸਕ੍ਰਿਪਸ਼ਨ ਵਿੱਚ ਹੈ ਉੱਥੇ ਜਾ ਕੇ ਜੁਆਇਨ ਕਰ ਲਿਓ ਇਸ ਚੈਨਲ ਦੇ ਉੱਤੇ ਪੇਪਰਾਂ ਦੀ ਤਿਆਰੀ ਬਿਲਕੁਲ ਫ੍ਰੀ ਦੇ ਵਿੱਚ ਚੱਲ ਰਹੀ ਹੈ ਪਲੇਲਿਸਟ ਵਿੱਚ ਜਾ ਕੇ ਸਾਰੀਆਂ ਵੀਡੀਓਜ਼ ਦੇਖ ਲਿਓ ਉਸ ਵੀਡੀਓ ਨੂੰ ਦੇਖਣ ਤੋਂ ਬਾਅਦ ਚਲੋ ਆਪਾਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾ ਕੁਐਸਚਨ ਹੈ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਆਪ ਨੂੰ ਪੰਜਾਬ ਦਾ ਮਹਾਰਾਜਾ ਕਦੋਂ ਘੋਸ਼ਿਤ ਕੀਤਾ ਇਸ ਦਾ ਰਾਈਟ ਆਨਸਰ ਹੋ ਜਾਏਗਾ 1801 ਕਦੋਂ ਪੰਜਾਬ ਦੇ ਮਹਾਰਾਜਾ ਬਣੇ ਸੀ ਮਹਾਰਾਜਾ ਰਣਜੀਤ ਸਿੰਘ 1801 ਠੀਕ ਹੈ ਕਾਫੀ ਇੰਪੋਰਟੈਂਟ ਕੁਐਸਚਨ ਹੈ ਮਹਾਰਾਜਾ ਰਣਜੀਤ ਸਿੰਘ ਨਾਲ ਰਿਲੇਟਡ ਕੁਐਸਚਨ ਤੁਹਾਨੂੰ ਜਰੂਰ ਪੇਪਰਾਂ ਵਿੱਚ ਦੇਖਣ ਨੂੰ ਮਿਲਣੇ ਆ ਠੀਕ ਹੈ ਸੋ ਸਾਰੇ ਕੁਐਸਚਨ ਧਿਆਨ ਨਾਲ ਕਰਿਓ ਜਿਸ ਤਰ੍ਹਾਂ ਦੇ ਕੁਐਸਚਨ ਪੇਪਰ ਵਿੱਚ ਆ ਸਕਦੇ ਆ ਸਾਰੇ ਮੈਂ ਉਸ ਤਰ੍ਹਾਂ ਦੇ ਕੁਐਸਚਨ ਬਣਾਏ ਆ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋਂ ਹੋਇਆ ਸੀ ਸਹੀ ਉੱਤਰ ਹੋ ਜਾਏਗਾ 13 ਨਵੰਬਰ 1780 ਆਪਸ਼ਨ ਡੀ ਮਹਾਰਾਜਾ ਰਣਜੀਤ ਸਿੰਘ ਦਾ ਜਨਮ 13 ਨਵੰਬਰ 1780 ਨੂੰ ਹੋਇਆ ਸੀ ਅਗਲਾ ਕੁਐਸਚਨ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਕਦੋਂ ਜਿੱਤਿਆ ਸੀ ਲਾਹੌਰ ਤੇ ਜਿੱਤ ਕਦੋਂ ਪ੍ਰਾਪਤ ਕੀਤੀ ਸੀ ਮਹਾਰਾਜਾ ਰਣਜੀਤ ਸਿੰਘ ਨੇ 1799 ਦੇ ਵਿੱਚ অপশন এ রাইট आंसर हो जाएगा 1799 ਦੇ ਵਿੱਚ ਲਾਹੌਰ ਤੇ ਜਿੱਤ ਪ੍ਰਾਪਤ ਕੀਤੀ ਸੀ ਮਹਾਰਾਜਾ ਰਣਜੀਤ ਸਿੰਘ ਨੇ ਅਮਰਸਰ ਦੀ ਸੰਧੀ ਉੱਤੇ ਕਦੋਂ ਹਸਤਾਖਰ ਕੀਤੇ ਗਏ ਇਹ ਕੁਐਸਚਨ ਬਹੁਤ ਵਾਰੀ ਆ ਚੁੱਕਿਆ ਪੇਪਰਾਂ ਦੇ ਵਿੱਚ ਠੀਕ ਹੈ 25 April 1809 অপশন বি রাইট आंसर हो जाएगा 25 अप्रैल 1809 ਨੂੰ ਅੰਮ੍ਰਿਤਸਰ ਦੀ ਸੰਧੀ ਦੇ ਉੱਤੇ ਹਸਤਾਖਰ ਕੀਤੇ ਗਏ ਕਿਹੜੀ ਨਦੀ ਨੇ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੇ ਇਲਾਕਿਆਂ ਨੂੰ ਵੱਖ ਕੀਤਾ ਸੀ ਫਿਰ ਜਨ ਤੁਹਾਡੇ ਸਾਹਮਣੇ ਆ ਦੇਖ ਲਓ ਇਸ ਦਾ ਰਾਈਟ ਆਨਸਰ ਹੋ ਜੇਗਾ ਸਤਲੁਜ ਸਤਲੁਜ ਦਰਿਆ ਨੇ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੇ ਇਲਾਕਿਆਂ ਨੂੰ ਵੱਖ ਕੀਤਾ ਸੀ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਨੂੰ ਕਦੋਂ ਜਿੱਤਿਆ ਸੀ 1800 18 অপশন বি রাইট আনসার ਹੋ ਜਾਏਗਾ 1818 ਨੂੰ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਤੇ ਜਿੱਤ ਪ੍ਰਾਪਤ ਕੀਤੀ ਸੀ ਮਹਾਰਾਜਾ ਰਣਜੀਤ ਸਿੰਘ ਨੇ 1819 ਵਿੱਚ ਕਸ਼ਮੀਰ ਵਿੱਚੋਂ ਕਿਸ ਨੂੰ ਕੱਟ ਦਿੱਤਾ ਸੀ ਸਹੀ ਉੱਤਰ ਹੋ ਜਾਏਗਾ ਪਸ਼ਤੂਨ অপਸ਼ਨ ਹੈ ਸੀ ਮਹਾਰਾਜਾ ਰਣਜੀਤ ਸਿੰਘ ਨੇ 1834 ਵਿੱਚ ਕਿਹੜਾ ਇਲਾਕਾ ਜਿੱਤਿਆ ਸੀ 1834 ਵਿੱਚ ਕਿਹੜਾ ਇਲਾਕਾ ਜਿੱਤਿਆ ਸੀ ਮਹਾਰਾਜਾ ਰਣਜੀਤ ਸਿੰਘ ਨੇ ਲਦਾਖ ਲਦਾਖ ਉੱਤੇ ਜਿੱਤ ਪ੍ਰਾਪਤ ਕੀਤੀ ਸੀ 1834 ਦੇ ਵਿੱਚ ਠੀਕ ਹੈ ਯਾਦ ਰੱਖਿਓ ਨੈਕਸਟ ਕੁਐਸਚਨ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਕਦੋਂ ਹੋਈ 22 ਨਵੰਬਰ 1845 অপশন ਡੀ রাইਟ ਆਨਸਰ ਹੋ ਜਾਏਗਾ 22 ਨਵੰਬਰ 1845 ਮਹਾਰਾਜਾ ਰਣਜੀਤ ਸਿੰਘ ਦੀ ਮੌਤ ਕਿੱਥੇ ਹੋਈ রাইਟ ਆਨਸਰ ਹੋ ਜਾਏਗਾ ਲੋਰਰ ਨੈਕਸਟ ਕੁਐਸਚਨ ਮਹਾਰਾਜਾ ਰਣਜੀਤ ਸਿੰਘ ਦਾ ਉੱਤਰਾਧਿਕਾਰੀ 8 ਲਿਖਿਆਂ ਵਿੱਚੋਂ ਕਿਸ ਨੂੰ ਚੁਣਿਆ ਗਿਆ ਸੀ ਕਿਸ ਨੂੰ ਚੁਣਿਆ ਗਿਆ ਸੀ ਖੜਕ ਸਿੰਘ ਨੂੰ ਸਿੱਖ ਸਾਮਰਾਜ ਦਾ ਆਖਰੀ ਰਾਜਾ ਕੌਣ ਸੀ ਸਿੱਖ ਸਾਮਰਾਜ ਦਾ ਆਖਰੀ ਰਾਜਾ ਕੌਣ ਸੀ? ਦਲੀਪ ਸਿੰਘ ਠੀਕ ਹੈ। ਦਲੀਪ ਸਿੰਘ ਤੋਂ ਬਾਅਦ ਫਿਰ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ ਸੀ ਪੰਜਾਬ ਦੇ ਉੱਤੇ। ਰਣਜੀਤ ਸਿੰਘ ਕਿਸ ਮਿਸਲ ਨਾਲ ਸੰਬੰਧਿਤ ਸਨ? ਸ਼ੁਕਰਚੱਕੀਆ ਸ਼ੁਕਰਚੱਕੀਆ ਮਿਸਲ ਨਾਲ ਸੰਬੰਧਿਤ ਸਨ। ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਰਾਜਧਾਨੀ ਹੇਠ ਲਿਖਿਆਂ ਵਿੱਚੋਂ ਕਿਹੜੀ ਸੀ ਰਾਈਟ ਆਨਸਰ ਹੋ ਜਾਏਗਾ ਲਾਹੌਰ ਮਹਾਰਾਜਾ ਰਣਜੀਤ ਸਿੰਘ ਦੀ ਰਾਜਧਾਨੀ ਲਾਹੌਰ ਸੀ ਨੈਕਸਟ ਕੁਐਸਚਨ महाराजा रणजीत सिंह प्रसिद्ध कोहे नूर हीरा हेठ कोहेनूर हुरा हीरा मिले छा छा सूजा दुरानी तो यह तो, मिलिया महाराजा रणजीत सिंह कोहेनूर हीरा ठीक है ਕਾਫੀ ਇੰਪੋਰਟੈਂਟ ਕੁਐਸਚਨ ਹੈ ਵੀ ਜਾਦਕਰ ਲੋ ਨਾਮ ਸ਼ਾ ਸੁਜਾ ਦੁਰਾਨੀ ਤੋਂ ਮਿਲਿਆ ਸੀ ਨੈਕਸਟ ਕੁਐਸਚਨ ਪੰਜਾਬ ਦੇ ਸਾਬਕਾ ਮਹਾਰਾਜਾ ਦਲੀਪ ਸਿੰਘ ਬਾਰੇ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ ਕਿਹੜਾ ਕਥਨ ਸਹੀ ਹੈ ਨਾ ਵਿੱਚੋਂ ਰਾਈਟ ਆਨਸਰ ਹੋ ਜਾਏਗਾ ਉਹਨਾਂ ਦੀ ਮੌਤ 22 ਅਕਤੂਬਰ 1893 ਨੂੰ ਪੈਰਿਸ ਵਿੱਚ ਹੋਈ ਪਹਿਲੀ ਐਗਲੋ ਸਿੱਖ ਜੰਗ ਵਿੱਚ ਰਣਜੋਤ ਸਿੰਘ ਅਤੇ ਅਜੀਤ ਸਿੰਘ ਦੀ ਗਵਾਈ ਵਿੱਚ ਸਿੱਖਾਂ ਸਿੱਖਾਂ ਦੇ ਹੱਥੋਂ ਅੰਗਰੇਜ਼ ਕਦੋਂ ਹਾਰੇ ਸਨ ਰਾਈਟ ਆਨਸਰ ਹੋ ਜਾਏਗਾ অপਸ਼ਨ D 21 ਜਨਵਰੀ 1846 ਨੂੰ ਅੰਗਰੇਜ਼ ਹਾਰੇ ਸਨ ਪਹਿਲੀ ਐਗਲੋ ਸਿੱਖ ਜੰਗ ਦੇ ਦੌਰਾਨ ਦੇ ਮੈਦਾਨ ਵਿੱਚੋਂ ਭੱਜਣ ਵਾਲਾ ਸਿੱਖ ਜਰਨੈਲ ਕੌਣ ਸੀ ਰਾਈਟ ਆਨਸਰ ਹੋ ਜਾਏਗਾ ਤੇਜਾ ਸਿੰਘ অপਸ਼ਨ A ਨੈਕਸਟ ਕੁਐਸਚਨ ਪਹਿਲੀ ਐਗਲੋ ਸਿੱਖ ਜੰਗ ਵਿੱਚ ਰਣਜੋਤ ਸਿੰਘ ਅਤੇ ਅਜੀਤ ਸਿੰਘ ਦੀ ਅਗਵਾਈ ਵਿੱਚ ਸਿੱਖਾਂ ਨੇ ਹੇਠ ਲਿਖੇ ਅੰਗਰੇਜ਼ ਜਰਨੈਲਾ ਵਿੱਚੋਂ ਕਿਸ ਦੀ ਫੌਜ ਨੂੰ ਹਰਾਇਆ ਸੀ ਸਹੀ ਉੱਤਰ ਹੈ ਹੈਰੀ ਸਮਿਥ ਆਪਸ਼ਨ ਹੈ ਬੀ ਹੈਰੀ ਸਮਿਥ ਦੀ ਫੌਜ ਨੂੰ ਪਹਿਲੀ ਐਗਲੋ ਸਿੱਖ ਜੰਗ ਵਿੱਚ ਹਰਾਇਆ ਸੀ ਤੇ ਇਸ ਦੀ ਅਗਵਾਈ ਕੀਤੀ ਸੀ ਰਣਜੋਤ ਸਿੰਘ ਅਤੇ ਅਜੀਤ ਸਿੰਘ ਨੇ ਗਵਰਨਰਲ ਜਰਨਲ ਲਾਰਡ ਹਾਰਡਿੰਗ ਨੇ ਸਿੱਖਾਂ ਵਿਰੁੱਧ ਜੰਗ ਦਾ ਐਲਾਨ ਕਦੋਂ ਕੀਤਾ ਕਦੋਂ ਕੀਤਾ ਸੀ 13 ਦਸੰਬਰ 1845 ਈਸਵੀ ਨੂੰ অপਸ਼ਨ A ਰਾਈਟ ਆਨਸਰ ਹੋ ਜਾਏਗਾ ਕੋਹੀਨੂਰ ਹੀਰਾ ਅੰਗਰੇਜ਼ਾਂ ਨੇ ਇਹਨਾਂ ਵਿੱਚੋਂ ਕਿਸ ਰਾਜੇ ਤੋਂ ਲਿਆ ਸੀ ਮਹਾਰਾਜਾ ਦਲੀਪ ਸਿੰਘ ਤੋਂ ਕੋਹੇਨੂਰ ਹੀਰਾ ਅੰਗਰੇਜ਼ਾਂ ਨੇ ਲਿਆ ਸੀ ਦੂਜਾ ਐਗਲੋ ਸਿੱਖ ਯੁੱਧ ਹੇਠ ਲਿਖਿਆਂ ਵਿੱਚੋਂ ਕਿਸ ਸਮੇਂ ਵਿੱਚ ਲੜਿਆ ਗਿਆ ਸੀ 1848 ਅਤੇ 1849 ਦੇ ਵਿੱਚ ਦੂਜਾ ਐਗਲੋ ਸਿੱਖ ਯੁੱਧ ਲੜਿਆ ਗਿਆ ਸੀ ਯਾਦ ਰੱਖਿਓ ਕਾਫੀ ਇੰਪੋਰਟੈਂਟ ਕੁਐਸਚਨ ਹੈ ਦੂਜਾ ਐਗਲੋ ਸਿੱਖ ਯੁੱਧ 1848 ਅਤੇ 1849 ਦੇ ਵਿੱਚ ਲੜਿਆ ਗਿਆ ਲਾਹੌਰ ਦੀ ਸ਼ਾਂਤੀ ਸੰਧੀ ਦੇ ਨਤੀਜੇ ਹੇਠ ਲਿਖੇ ਵਿੱਚੋਂ ਕਿਹੜੇ ਸਨ 옵ਸ਼ਨ ਸਾਰੇ ਪੜ੍ਹ ਲਓ ਤੁਸੀਂ ਇਸ ਦਾ ਰਾਈਟ ਆਨਸਰ ਹੋ ਜਾਏਗਾ 옵ਸ਼ਨ ਡੀ ਉੱਪਰ ਵਾਲੇ ਸਾਰੇ ਸਿੱਖਾਂ ਨੇ ਜਲੰਧਰ ਦਵਾ ਵਿੱਚ ਜੰਮੂ ਕਸ਼ਮੀਰ ਹਜ਼ਾਰਾ ਤੇ ਕੁਝ ਇਲਾਕੇ ਗਵਾ ਲਏ جنگ ਦੇ ਮੁਆਵਜ਼ੇ ਵਜੋਂ ਅੰਗਰੇਜ਼ਾਂ ਨੂੰ ਡੇਟਰ ਕਰੋੜ ਰੁਪਏ ਦਿੱਤੇ ਗਏ ਸਨ ਕਿੰਗ ਨੇ ਸਹਿਮਤੀ ਦਿੱਤੀ ਕਿ ਉਹ ਬ੍ਰਿਟਿਸ਼ ਦੀ ਸਹਿਮਤੀ ਤੋਂ ਬਿਨਾ ਕਿਸੇ ਯੂਰਪੀਅਨ ਨੂੰ ਸੇਵਾ ਵਿੱਚ ਨਿਯੁਕਤ ਨਹੀਂ ਕਰੇਗਾ ਠੀਕ ਹੈ ਸੋ ਇਹ ਸਾਰੇ ਸ਼ਾਂਤੀ ਸੰਧੀ ਦੇ ਨਤੀਜੇ ਸਨ ਲਾਹੌਰ ਦੀ ਮਹਾਰਾਜਾ ਰਣਜੀਤ ਸਿੰਘ ਦੀ ਲਾਹੌਰ ਫਤਿਹ ਦਾ ਕੀ ਮਹੱਤਵ ਸੀ অপশন 봐 ਲਓ ਸਾਰੇ ਇਸ ਦਾ ਆਨਸਰ ਹੋ ਜਾਏਗਾ ਡੀ অপਸ਼ਨ ਬੀ ਅਤੇ ਸੀ ਇਸ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜਨੀਤਿਕ ਉਭਾਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਅਤੇ ਸੀ অপਸ਼ਨ ਹੈ ਇਸ ਨੇ ਮਹਾਰਾਜਾ ਰਣਜੀਤ ਸਿੰਘ ਦੀ ਪ੍ਰਸਿੱਧੀ ਵਧਾਉਣ ਵਿੱਚ ਮਦਦ ਕੀਤੀ ਠੀਕ ਹੈ ਨੈਕਸਟ ਕੁਐਸਚਨ ਹੈ ਹੇਠ ਲਿਖਿਆ ਲੜਾਈਆਂ ਵਿੱਚੋਂ ਕਿਹੜੀ ਲੜਾਈ ਮਹਾਰਾਜਾ ਰਣਜੀਤ ਸਿੰਘ ਨੇ ਬਿਨਾਂ ਲੜਾਈ ਜਿੱਤੀ ਸੀ ਇਹ ਵੀ ਕਾਫੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਸਹੀ ਉੱਤਰ ਹੋ ਜੇਗਾ ਪਸੀਨ ਦੀ ਲੜਾਈ অপਸ਼ਨ ਸੀ ਅਲੱਗ-ਅਲੱਗ ਪੇਪਰਾਂ ਦੀ ਪਲੇਲਿਸਟ ਬਣੀ ਹੋਈ ਹੈ ਠੀਕ ਹੈ ਪਲੇਲਿਸਟ ਵਿੱਚ ਜਾ ਕੇ ਸਾਰੀਆਂ ਵੀਡੀਓਜ਼ ਦੇਖ ਲਓ ਅਤੇ ਪੇਪਰਾਂ ਦੀ ਡੇਟ ਵੀ ਬਹੁਤ ਛੇਤੀ ਆ ਜਾਣੀ ਹੈ ਸੋ ਆਪਣੀ ਤਿਆਰੀ ਕਰਦੇ ਰਹੋ ਕੁਝ ਪੇਪਰਾਂ ਦੀ ਆ ਵੀ ਚੁੱਕੀ ਹੈ ਮਿਲਦੇ ਆਂ ਅਗਲੀ ਵੀਡੀਓ ਵਿੱਚ ਧੰਨਵਾਦ